ਆਸ਼ਾ ਕੀ ਬਾਣ ਦੀ 13ਵੀਂ ਪੌੜੀ ਜੇ ਨਾਲ ਦੇ ਨਾਲ ਦહન ਗੁਰੂ ਨਾਨਕ ਸਾਹਿਬ ਦੇ ਦੋ ਸ਼ਲੋਕ ਹਨ ਤੇ ਮਰਿਆਦਾ ਦੇ ਮੁਤਾਬਿਕ ਦહન ਗੁਰੂ ਆਰਾਮਦਾਸ ਸਾਹਿਬ ਜੀ ਦੇ ਪਾਵਨ ਬੋਲ ਪਵਨ ਸ਼ਬਦ ਜੋ ਕੀਰਤਨ ਦੇ ਰਾਹੀ ਪੜਦੇ ਆਂ ਸਾਹਿਬ ਜੀ ਦੇ ਬੋਲ ਹਨ ਐਸਾ ਮਹਿਲਾ ਚੌਥਾ ਜੇ ਨਮਸਤਕ ਧਰ ਹਰ ਲਿਖਿਆ ਤੇਨਾ ਸਤ ਗੁਰੂ ਮਿਲਿਆ RAM ਰਾਜੇ ਅਗਿਆਉਨ ਅੰਧੇਰਾ ਕਟਿਆ ਗੌਰ ਗਿਆਨ ਘਟ ਬਲਿਆ ਹਰਿ ਲੱਦਾ ਰਤਨ ਪਦਾਰਥੋ ਫਿਰ ਬਾਹੜ ਨ ਚਲਿਆ ਜਨਾਨਕ ਨਾਮ ਅਰਾਧਿਆ ਅਰਾਧ ਹਰ ਮਿਲਿਆ ਹਰ ਮਿਲਿਆ ਇਹ ਅਗੰਮੀ ਬੋਲ ਹਨ ਦਹਾਨੂ ਗੁਰੂ ਰਾਮਦਾਸ ਸਾਹਿਬ ਜੀ ਦੇ ਸਾਹਿਬ ਜੀ ਦੇ ਸਤਿਗੁਰੂ ਜੀ ਕਹਿੰਦੇ ਨੇ ਕਿ ਜੇ ਨਾ ਤੇ ਉਸ ਦੀ ਰਹਿਮਤ ਹੋਈ ਜੇ ਨਮਸਤਕ ਧਰਹਰ ਲਿਖਿਆ ਧਰ ਧਰ ਕਹਿੰਦੇ ਨੇ ਇਲਾਹੀ ਦਰਗਾਹ ਤੋਂ ਔਰ ਇਲਾਹੀ ਦਰਗਾਹ ਤੋਂ ਪਾਗ ਕਿਵੇਂ ਲਿਖੇ ਗਏ ਜਿਵੇਂ ਜਿਵੇਂ ਆਪ ਜੀ ਨੇ ਕਰਮ ਕੀਤੇ ਉਹ ਆਪ ਜੀ ਦੇ ਪਾਗ ਬਣਦੇ ਗਏ ਬਣਦੇ ਗਏ ਆਪ ਜੀ ਨੇ ਕੱਲ ਜੋ ਕੀਤਾ ਸੀ ਉਹ ਆਪ ਜੀ ਦਾ ਅੱਜ ਪਾਗ ਬਣ ਗਿਆ ਇੱਕ ਮਹੀਨਾ ਪਹਿਲਾਂ ਜੋ ਕੀਤਾ ਸੀ ਉਹ ਅੱਜ 파ਗ ਬਣ ਗਿਆ 파ਗ ਜਿਨ੍ਹਾਂ ਦੇ 파ਗਾ ਵਿੱਚ ਚੰਗੇ ਕਰਮ ਮੌਜੂਦ ਸੀ ਤੇ ਉਹਨਾਂ ਨੂੰ ਸਤਿਗੁਰੂ ਦੀ ਪ੍ਰਾਪਤੀ ਹੋਈ ਸੰਗਤ ਦੀ ਪ੍ਰਾਪਤੀ ਹੋਈ ਗੁਰਮਖੋਂ ਦੀ ਪ੍ਰਾਪਤੀ ਹੋਈ ਸਾਹਿਬ ਜੀ ਕਹਿੰਦੇ ਨੇ ਜੇ ਨਮਸਤਕ ਧਰ ਹਰ ਲਿਖਿਆ ਤੇਨਾ ਸਤਿਗੁਰੂ ਮਿਲਿਆ ਰਾਮ ਰਾਜੇ ਜੀਵਨ ਦੇ ਵਿੱਚ ਗੁਰੂ ਦਾ ਮਿਲਣਾ ਸਾਹਿਬ ਜੀ ਕਹਿੰਦੇ ਨੇ ਮਨੁੱਖ ਦੇ ਜੀਵਨ ਵਿੱਚ ਜਿਹੜੀ ਅਗਿਆਨਤਾ ਹੈ ਉਹ ਹਨੇਰੀ ਰਾਤ ਹੈ ਹਨੇਰੀ ਰਾਤ ਔਰ ਐਸੀ ਹਨੇਰੀ ਰਾਤ ਜਿਹਦੇ ਵਿੱਚ ਇੱਕ ਵੀ ਤਾਰਾ ਮੌਜੂਦ ਨਹੀਂ ਹੈ ਨਹੀਂ ਹੈ ਕਹਿੰਦੇ ਨੇ ਪ੍ਰਕਿਰਤੀ ਦੇ ਵਿੱਚ ਜਿਹੜੀ ਰਾਤ ਹੈ ਉਹਦੇ ਵਿੱਚ ਚੰ드ਰਮਾ ਹੈ ਤਾਰੇ ਹਨ ਪਰ ਅਗਿਆਨਤਾ ਇੱਕ ਐਸੀ ਰਾਤ ਹੈ ਜਿਹਦੇ ਵਿੱਚ ਇੱਕ ਵੀ ਤਾਰਾ ਨਹੀਂ ਹੈ ਨਹੀਂ ਹੈ ਚੰਦਰਮਾ ਨਹੀਂ ਹੈ ਇੱਕ ਐਸੀ ਹਨੇਰੀ ਰਾਤ ਅਗਿਆਨਤਾ ਨੂੰ ਕਿਹਾ ਹੈ ਅਗਿਆਨਤਾ ਨੂੰ ਹੁਣ ਅਗਿਆਨਤਾ ਮਨੁੱਖ ਦੇ ਜੀਵਨ ਵਿੱਚ ਕੁਝ ਦਾ ਕੁਝ ਦਿਖਾ ਦਿੰਦੀ ਹੈ ਅਗਿਆਨਤਾ ਹੈ ਕੁਝ ਅਗਿਆਨਤਾ ਕੁਝ ਹੋਰ ਦਿਖਾਉਂਦੀ ਹੈ ਹੈ ਰਸੀ ਦਾ ਟੁਕੜਾ ਅਗਿਆਨਤਾ ਵਸ ਮਨੁੱਖ ਕਹਿੰਦਾ ਹੈ ਇਹ ਸੱਪ ਹੈ ਸੱਪ ਹੈ ਕਿਉਂਕਿ ਅਗਿਆਨਤਾ ਨੇ ਸੱਚ ਤੇ ਪਰਦਾ ਪਾ ਦੇਣਾ ਹੈ ਪਰਦਾ ਇਸ ਕਰਕੇ ਧਾਨ ਗੁਰੂ ਰਾਮਦਾਸ ਸਾਹਿਬ ਜੀ ਨੂੰ ਕਹਿਣਾ ਪਿਆ ਕਹਿਣਾ ਪਿਆ ਅਗਿਆਨ ਨੂੰ ਅੰਧੇਰਾ ਕਟਿਆ ਗੁਰ ਗਿਆਨ ਘਟ ਬਲਿਆ ਹਿਰਦੇ ਵਿੱਚ ਦੀਵਾ ਜਗ ਪਿਆ ਸੱਚ ਦਾ ਦੀਵਾ ਗਿਆਨ ਦਾ ਦੀਵਾ ਗਿਆਨ ਦਾ ਅਰੇ ਜਦੋਂ ਗਿਆਨ ਦਾ ਦੀਵਾ ਜਗ ਪਿਆ ਤੇ ਸੱਚ ਕੀ ਹੈ ਸਮਝ ਆ ਗਈ ਤੇ ਝੂਠ ਕੀ ਹੈ ਸਮਝ ਆ ਗਈ ਆਪਣਾ ਕੀ ਹੈ ਸਮਝ ਆ ਗਈ ਤੇ ਪਰਾਇਆ ਕੀ ਹੈ ਸਮਝ ਆ ਗਈ ਗਿਆਨ ਦੇ ਨਾਲ ਗਿਆਨ ਦੇ ਨਾਲ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਘਟ ਬਲਿਆ ਸਾਹਿਬ ਜੀ ਕਹਿੰਦੇ ਨੇ ਹਰ ਅਲੱਦਾ ਰਤਨ ਪਦਾਰਥੋ ਫੇਰੇ ਬਹੁੜਨਾ ਚਲਿਆ ਸੰਸਾਰ ਦੇ ਵਿੱਚ ਬਹੁਤ ਸਾਰੇ ਹੀਰੇ ਹਨ ਰਤਨ ਹਨ ਬਹੁਤ ਸਾਰੇ ਕੀਮਤੀ ਪਦਾਰਥ ਮੌਜੂਦ ਨੇ ਸੰਸਾਰ ਵਿੱਚ ਸੰਸਾਰ ਵਿੱਚ ਪਰ ਇਹਨਾਂ ਦੇ ਵਿੱਚੋਂ ਸਭ ਤੋਂ ਕੀਮਤੀ ਹੀਰਾ ਉਹ ਹੈ ਪ੍ਰਭੂ ਦਾ ਨਾਮ ਸਭ ਤੋਂ ਕੀਮਤੀ ਰਤਨ ਉਹ ਹੈ ਪਰਮਾਤਮਾ ਦਾ ਨਾਮ ਨਾਮ ਸਾਹਿਬ ਜੀ ਕਹਿੰਦੇ ਨੇ ਹਾਰੇ ਲੱਦਾ ਰਤਨ ਪਦਾਰਥੋ ਫਿਰ ਬਹੁੜ ਨ ਚਲਿਆ ਬਹੁੜ ਨ ਚਲਿਆ ਸੰਸਾਰ ਦੇ ਵਿੱਚ ਜੇਕਰ ਕਿਸੇ ਦੇ ਕੋਲ ਧਨ ਹੈ ਕਹਿੰਦੇ ਨੇ ਧਨ ਅੱਜ ਮੌਜੂਦ ਹੈ ਕੱਲ ਜਾ ਵੀ ਸਕਦਾ ਹੈ ਔਰ ਚਲਾ ਵੀ ਜਾਂਦਾ ਹੈ ਅੱਜ ਮਨੁੱਖ ਦੇ ਕੋਲ ਰਤਬਾ ਹੈ ਉਸਨੇ ਕੱਲ ਚਲੇ ਜਾਣਾ ਖਤਮ ਹੋ ਜਾਣਾ ਹੈ ਚਲੇ ਜਾਣਾ ਹੈ ਪਰ ਪ੍ਰਭੂ ਦਾ ਜਿਹੜਾ ਨਾਮ ਹੈ ਪ੍ਰਭੂ ਦੀ ਜਿਹੜੀ ਬੰਦਗੀ ਹੈ ਸਾਹਿਬ ਜੀ ਕਹਿੰਦੇ ਨੇ ਇਹ ਇੱਕ ਐਸਾ ਹੀਰਾ ਹੈ ਐਸਾ ਰਤਨ ਹੈ ਜਿਹੜਾ ਇੱਕ ਵਾਰ ਮਿਲ ਜਾਂਦਾ ਹੈ ਫਿਰ ਕਦੇ ਨਹੀਂ ਜਾਂਦਾ ਕਦੇ ਨਹੀਂ ਜਾਂਦਾ ਆਹਾਰੇ ਲੱਦਹਾ ਰਤਨ ਪਦਾਰਥੋ ਫਿਰ ਬਾਹੂੜਨਾ ਚਲਿਆ 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 ਕਹਿੰਦੇ ਨੇ ਇਹ ਕਦੇ ਫਿਰ ਗਮ ਨਹੀਂ ਹੁੰਦਾ ਤੇ ਫਿਰ ਕੋਈ ਖੋ ਨਹੀਂ ਸਕਦਾ ਕੋਈ ਖੋ ਨਹੀਂ ਸਕਦਾ ਐਸਾ ਹੀ ਰ ਜਨਾਨਨਕ ਨਾਮ ਅਰਾਧਿਆ ਇੱਥੇ ਸੰਕੇਤ ਕੀਤਾ ਹੈ ਇਸ਼ਾਰਾ ਕੀਤਾ ਹੈ ਇਹ ਹੀਰਾ ਕਿਵੇਂ ਮਿਲਦਾ ਹੈ ਸਾਹਿਬ ਜੀ ਕਹਿੰਦੇ ਨੇ ਇਹ ਹੀਰਾ ਮਿਲਦਾ ਹੈ ਪ੍ਰਭੂ ਦੇ ਸਿਮਰਨ ਦੇ ਨਾਲ ਇਹ ਹੀਰਾ ਮਿਲਦਾ ਹੈ ਸਿਮਰਨ ਦੇ ਨਾਲ ਦਹਾਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ ਪ੍ਰਭ ਕੈ ਸੇਮਰਨ ਰੇਦ ਸੇਦ ਨਾਉ ਨੇਧ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਤਤ ਬੁੱਧ ਇਹ ਸਿਮਰਨ ਦੀ ਬਰਕਤ ਹੈ ਜਿੱਥੇ ਸੰਸਾਰ ਦੇ ਪਦਾਰਥ ਮਿਲਦੇ ਨੇ ਸਾਹਿਬ ਜੀ ਕਹਿੰਦੇ ਨੇ ਉਥੇ ਤਤ ਦੀ ਖਬਰ ਮਿਲਦੀ ਹੈ ਤਤ ਦੀ ਸੋਝੀ ਮਿਲਦੀ ਹੈ ਜਿੱਥੇ ਪਦਾਰਥ ਮਿਲਦੇ ਨੇ ਉਥੇ ਤਤ ਦੀ ਸੋਝੀ ਵੀ ਮਿਲਦੀ ਹੈ ਤਤ ਦੀ ਸੋਝੀ ਪ੍ਰਭ ਕਾ ਸਿਮਰਨ ਨਰੇਦ ਸੇਦ ਨਾਉ ਨੇਦ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਤਤ ਬੁੱਧ ਗਿਆਨ ਕੀ ਹੈ ਧਿਆਨ ਕੀ ਹੈ ਤਤ ਕੀ ਹੈ ਇਹਦੀ ਸਮਝ ਮਿਲਦੀ ਹੈ ਸਿਮਰਨ ਦੇ ਨਾਲ ਸਿਮਰਨ ਦੇ ਨਾਲ ਸਾਹਿਬ ਜੀ ਕਹਿੰਦੇ ਨੇ ਤੋ ਉਸ ਦੀ ਆਰਾਧਨਾ ਕਰ ਆਰਾਧਨਾ ਜਨ ਨਾਨਕ ਨਾਮ ਆਰਾਧਿਆ ਆਰਾਧ ਹਰ ਮਿਲਿਆ ਹਰ ਮਿਲਿਆ ਜਿੱਥੇ ਨਾਮ ਦੀ ਗੱਲ ਆਉਂਦੀ ਹੈ ਤੇ ਕਈ ਵਾਰ ਮਨੁੱਖ ਪੁੱਛ ਲੈਂਦਾ ਹੈ ਨਾਮ ਕੀ ਹੈ ਕੀ ਹੈ ਤੇ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿੱਥੇ ਨਾਮ ਦੀ ਗੱਲ ਕੀਤੀ ਹੈ ਉਹ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਇਹ ਨਾਮ ਹੈ ਅਕਾਲ ਮੂਰਤ ਇਹ ਉਹਦਾ ਨਾਮ ਹੈ ਉਹਦੇ ਗੁਣ ਨੇ ਉਹਦਾ ਵਿਸ਼ੇਸ਼ਣ ਹੈ ਉਹਦੇ ਗੁਣ ਨੇ ਸਾਹਿਬ ਜੀ ਕਹਿੰਦੇ ਨੇ ਇਨਾਮ ਅਰਾਧ ਅਰਾਧ ਅਰ ਜਿਸ ਨੇ ਇਹ ਨਾਮ ਅਰਾਧਿਆ ਅਰਾਧ ਹਰ ਮਿਲਿਆ ਰਬ ਮਿਲ ਗਿਆ ਪ੍ਰਭੂ ਦੇ ਵਿੱਚ ਵਿਲੀਨ ਹੋ ਗਏ ਵਿਲੀਨ ਹੋ ਗਏ 10 ਨਾਨਕ ਗੁਰੂ ਨਾਨਕ ਸਾਹਿਬ ਦਾ ਪਾਵਨ ਸਲੋਕ ਸਾਹਿਬ ਜੀ ਕਹਿੰਦੇ ਨੇ ਸਲੋਕ ਮਹਿਲਾ ਪਹਿਲਾ ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਹ ਜਗ ਜਗ ਫੇਰ ਵਟਾਈਐ ਗਿਆਨੀ ਬੋਝੈ ਤਾਏ ਸਤਜੁਗ ਰਤ ਸੰਤੋਖ ਕਾ ਧਾਰਮ ਅਗੇ ਰਥਵਾਹ ਤ੍ਰੇਤੇ ਰਥ ਜਤੇ ਕਾ ਜੋਰ ਅਗੇ ਰਥਵਾਹ ਦੁਆਪੁਰ ਰਥ ਤਪੈ ਕਾ ਸਤ ਅਗੇ ਰਥਵਾਹ ਕਲਜੁਗ ਰਥ ਅਗਨ ਕਾ ਕੋੜ ਅਗੇ ਰਥਵਾਹ ਕੋੜ ਅਗੇ ਰਥਵਾਹ ਪੁਰਾਤਨ ਕਾਲ ਤੋ ਯੋਗਾਂ ਦੀ ਵੰਡ ਕੀਤੀ ਹੋਈ ਹੈ ਚਾਰ ਯੁਗ ਨੇ ਚਾਰ ਦਿਸ਼ਾਵਾਂ ਨੇ ਚਾਰ ਵਰਣ ਨੇ ਚਾਰ ਚਾਰ ਹੁਣ ਸਿਆਣੇ ਕਹਿੰਦੇ ਨੇ ਕਿ ਇੱਕ ਯੁਗ ਨੂੰ ਕਹੇ ਦਿੱਤਾ ਸਤਯੁਗ ਦੂਜੇ ਨੂੰ ਕਹੇ ਦਿੱਤਾ ਤ੍ਰੇਤਾ ਫਿਰ ਦਵਾਪੁਰ ਫਿਰ ਕਲਯੁਗ ਕਲਯੁਗ ਹੁਣ ਜੇਕਰ ਇਹਨਾਂ ਦੀ ਅਸੀਂ ਤਰਤੀਬ ਦੇਖੀ ਹੈ ਗਿਣਤੀ ਦੇਖੀ ਹੈ ਤਾਂ ਪਹਿਲਾਂ ਸਤਯੁਗ ਤੇ ਫਿਰ ਤ੍ਰੇਤਾ ਫਿਰ ਦਵਾਪੁਰ ਤੇ ਫਿਰ ਕਲਯੁਗ ਕਲਯੁਗ ਦਵਾਪੁਰ ਕਹਿੰਦੇ ਨੇ ਦੋ ਨੂੰ ਤ੍ਰੇਤਾ ਕਹਿੰਦੇ ਨੇ ਤਿੰਨ ਨੂੰ ਤੇ ਫਿਰ ਇਹਦੇ ਵਿੱਚ ਪਹਿਲਾ ਯੁਗ ਕਿਹੜਾ ਹੋਇਆ ਕਿਹੜਾ ਹੈ ਪਹਿਲਾ ਜੇਕਰ ਗਿਣਤੀ ਨੂੰ ਦੇਖੀਏ ਤਾਂ ਪਹਿਲਾ ਯੁਗ ਕਲਯੁਗ ਹੋਇਆ ਜੇਕਰ ਗਿਣਤੀ ਨੂੰ ਦੇਖੀਏ ਤੇ ਜੇਕਰ ਅਸੀਂ ਸਤਯੁਗ ਤ੍ਰੇਤਾ ਦਵਾਪੁਰ ਤੇ ਕਲਯੁਗ ਜੇਕਰ ਇਸ ਤਰ੍ਹਾਂ ਅਸੀਂ ਗਿਣਤੀ ਵੇਖੀਏ ਤਾਂ ਗਿਣਤੀ ਕਿਵੇਂ ਬਣਦੀ ਹੈ ਚਾਰ ਤਿੰਨ ਦੋ ਫਿਰ ਇੱਕ ਫਿਰ ਇੱਕ ਪਰ ਕੁਝ ਦਾਨਸਬੰਧ ਕਹਿੰਦੇ ਨੇ ਕਿ ਅਸੀਂ ਮੰਨ ਲੈਂਦੇ ਆ ਸਤਜੁਗ ਪਰ ਗਿਣਤੀ ਦੇ ਹਿਸਾਬ ਦੇ ਨਾਲ ਇਹ ਚੌਥਾ ਯੁਗ ਹੋਇਆ ਤ੍ਰੇਤਾ ਉਸ ਤੋਂ ਬਾਅਦ ਦੁਆਪੁਰ ਉਸ ਤੋਂ ਬਾਅਦ ਕਲਯੁਗ ਫਿਰ ਇਹ ਪਹਿਲਾ ਹੋਇਆ ਕਲਯੁਗ ਇੱਕ ਨੰਬਰ ਤੇ ਕਲਯੁਗ ਦੋਜੇ ਨੰਬਰ ਤੇ ਦੁਆਪੁਰ ਤੀਜੇ ਨੰਬਰ ਤੇ ਤ੍ਰੇਤਾ ਤੇ ਚੌਥੇ ਨੰਬਰ ਤੇ ਸਤਜੁਗ ਸਤਜੁਗ ਬਾਰੇ ਸ਼ਰણે ਕਹਿੰਦੇ ਨੇ ਅਸੀਂ ਮੰਨ ਲੈਂਦੇ ਹਾਂ ਸਤਜੁਗ ਸਤਜੁਗ ਪਰ ਖਬਰ ਕਿਵੇਂ ਮਿਲਦੀ ਹੈ ਕਿ ਇਹ ਸਤਜੁਗ ਹੈ ਖਬਰ ਕਿਵੇਂ ਮਿਲਦੀ ਹੈ ਕਿ ਹੁਣ ਸਤਜੁਗ ਖਤਮ ਹੋ ਗਿਆ ਤ੍ਰੇਤਾ ਸ਼ੁਰੂ ਹੋ ਗਿਆ ਖਬਰ ਕਿਵੇਂ ਮਿਲਦੀ ਹੈ ਕਿ ਹੁਣ ਤ੍ਰੇਤਾ ਖਤਮ ਹੋ ਗਿਆ ਤੇ ਦਵਾਪੁਰ ਚਲ ਪਿਆ ਤੇ ਹੁਣ ਕਲਯੁਗ ਚਲ ਪਿਆ ਖਬਰ ਕਿਵੇਂ ਮਿਲਦੀ ਹੈ ਕਿਵੇਂ ਮਿਲਦੀ ਹੈ ਸਾਹਿਬ ਜੀ ਕਹਿੰਦੇ ਨੇ ਲੋਕਾਂ ਨੇ ਇਹ ਇੱਕ ਤਾਰਨਾ ਬਣਾਈ ਹੈ ਕਿ ਹੁਣ ਸਤਜੁਗ ਹੈ ਇਤਨੇ ਹਜ਼ਾਰ ਸਾਲ ਸਤਜੁਗ ਦੇ ਇਤਨੀ ਉਮਰ ਫਿਰ ਕਹਿੰਦੇ ਨੇ ਹੁਣ ਤ੍ਰੇਤਾ ਦੀ ਉਮਰ ਇਤਨੇ ਹਜ਼ਾਰ ਸਾਲ ਕਹਿੰਦੇ ਨੇ ਲੱਖਾਂ ਦੀ ਗਿਣਤੀ ਹੁੰਦੀ ਹੈ ਲੱਖਾਂ ਦੀ ਗਿਣਤੀ ਫਿਰ ਉਸ ਤੋਂ ਬਾਅਦ ਦੁਆਪੁਰ ਦੀ ਜਿਹੜੀ ਉਮਰ ਹੈ ਕਹਿੰਦੇ ਨੇ ਫਿਰ ਉਹ ਹਜ਼ਾਰਾਂ ਵਿੱਚ ਤੇ ਕਲਯੁਗ ਦੀ ਚੱਲ ਰਹੀ ਹੈ ਚੱਲ ਰਹੀ ਹੈ ਹੁਣ ਸਾਹਿਬ ਜੀ ਦੇ ਬੋਲ ਨੇ ਕਿ ਅਸੀਂ ਮੰਨ ਲੈਂਦੇ ਹਾਂ ਤੁਹਾਡੇ ਮੁਤਾਬਿਕ ਏ ਸਤਯੁਗ ਹੈ ਤ੍ਰੇਤਾ ਹੈ ਦੁਆਪੁਰ ਹੈ ਕਲਯੁਗ ਹੈ ਪਰ ਸਾਹਿਬ ਜੀ ਕੀ ਕਹਿੰਦੇ ਨੇ ਕਹਿੰਦੇ ਨੇ ਸਤਯੁਗ ਦੀ ertid ਵੀ ਉਹੀ ਸੀ ਤੇ ਅਜ ਵੀ ertid ਉਹੀ ਹੈ ਉਹੀ ਹੈ ਸਤਿਯੁਗ ਦੇ ਵਿੱਚ ਚੰ드ਰਮਾ ਉਹੀ ਸੀ ਤਾਰੇ ਉਹੀ ਸੀ ਸੂਰਜ ਉਹੀ ਸੀ ਤੇ ਅੱਜ ਵੀ ਚੰ드ਰਮਾ ਤਾਰੇ ਸੂਰਜ ਅੱਜ ਵੀ ਹੋਈ ਨਹੀਂ ਅੱਜ ਵੀ ਹੋਈ ਨਹੀਂ ਫਿਰ ਬਦਲਾਅ ਕਿਸ ਵਿੱਚ ਆਇਆ ਕਿਸ ਵਿੱਚ ਸਤਿਯੁਗ ਦੇ ਲੋਕ ਵੀ ਇਸੇ ਤਰ੍ਹਾਂ ਦੇ ਸੀ ਜਿਵੇਂ ਆਪ ਜੀ ਬੈਠੇ ਹੋ ਆਪ ਜੀ ਬੈਠੇ ਹੋ ਔਰ ਅੱਜ ਦੇ ਲੋਕ ਵੀ ਉਸੇ ਤਰ੍ਹਾਂ ਦੇ ਨੇ ਜਿਵੇਂ ਸਤਿਯੁਗ ਦੇ ਸੀ ਫਿਰ ਬਦਲਿਆ ਕੀ ਨਾ ਪਹਾੜ ਬਦਲੇ ਨਾ ਸਾਗਰ ਬਦਲੇ ਨਾ ਨਦੀਆਂ ਬਦਲੀਆਂ ਨਾ ਦਰਖਤ ਬਦਲੇ ਨਾ ਆਕਾਸ਼ ਨਾ ਤਰਤੀ ਨਾ ਚੰਦ ਨਾ ਸੂਰਜ ਫਿਰ ਕੀ ਬਦਲਿਆ ਕੀ ਬਦਲਿਆ ਹੁਣ ਇਹਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਨੇ ਆਪਣੇ ਵਿਚਾਰ ਦਿੱਤੇ ਨੇ ਇਸ ਤਰ੍ਹਾਂ ਸਾਹਿਬ ਜੀ ਕਹਿੰਦੇ ਨੇ ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਹ ਜੋਗ-ਜੁਗ ਫੇਰ ਵਟਾਈ ਐ ਗਿਆਨੀ ਬੁੱਝੇ ਤਾ ਹੈ ਗਿਆਨੀ ਬੁੱਝੇ ਤਾ ਹੈ ਕਹਿੰਦੇ ਨੇ ਕਿ ਇਸ ਤਰਤੀਤੇ ਜਿਤਨੇ ਵੀ ਪਰਬਤ ਹਨ ਤੇ ਉਹਨਾਂ ਸਾਰਿਆਂ ਦੇ ਵਿੱਚੋਂ ਇੱਕ ਪਰਬਤ ਐਸਾ ਹੈ ਜਿਸ ਨੂੰ ਕਹਿੰਦੇ ਨੇ ਮੇਰ ਸਭ ਤੋਂ ਵੱਡਾ ਜਿਸ ਨੂੰ ਕਹਿੰਦੇ ਨੇ ਸਮੇਰ ਪਰਬਤ ਇਹ ਸਭ ਤੋਂ ਵੱਡਾ ਹੈ ਇਹਦੇ ਆਲੇ ਦੁਆਲੇ ਬਹੁਤ ਕਿਸਮ ਦੇ ਖਜਾਨੇ ਨੇ ਬਹੁਤ ਕਿਸਮ ਦੇ ਸਮੇਰ ਪਰਵਤ ਹੈ ਮਨੁੱਖ ਦੇ ਹੱਥ ਵਿੱਚ 108 ਮਣਕੀਆਂ ਦੀ ਮਾਲਾ ਹੁੰਦੀ ਹੈ ਤੇ ਉਹਦੇ ਵਿੱਚੋਂ ਇੱਕ ਮਣਕਾ ਹੁੰਦਾ ਹੈ ਜਿਸ ਨੂੰ ਕਹਿੰਦੇ ਨੇ ਮੇਰ ਦਾ ਮਣਕਾ ਮੇਰੂ ਉਹ ਵੱਖ ਹੋਵੇਗਾ ਬਾਕੀ ਸਾਰਿਆਂ ਤੋਂ ਭਾਵੇਂ ਉਹਦਾ ਰੰਗ ਵੱਖਰਾ ਹੋਵੇ ਭਾਵੇਂ ਉਹਦਾ ਆਕਾਰ ਵੱਖਰਾ ਹੋਵੇ ਪਰ ਬਾਕੀਆਂ ਤੋਂ ਥੋੜਾ ਜਿਹਾ ਵੱਖਰਾ ਹੁੰਦਾ ਹੈ ਵੱਖਰਾ ਹੁੰਦਾ ਹੈ ਤੇ ਉਸੇ ਤਰ੍ਹਾਂ ਇਸ ਧਰਤੀ ਤੇ ਜਿੰਨੇ ਵੀ ਜੀਵਨ ਜਿੰਨੇ ਵੀ ਉਹਨਾਂ ਸਾਰਿਆਂ ਦੇ ਵਿੱਚੋਂ ਜਿਹੜਾ ਮਨੁੱਖ ਹੈ ਉਹ ਮੇਰ ਹੈ ਮੇਰ ਹੈ ਆਪ ਜੀ ਪਸ਼ੂ ਜਗਤ ਨੂੰ ਵੇਖ ਲਵੋ ਪੰਛੀ ਜਗਤ ਨੂੰ ਵੇਖ ਲਵੋ ਤੇ ਸਾਰਿਆਂ ਦੇ ਵਿੱਚੋਂ ਮਨੁੱਖ ਦੀ ਬੁੱਧੀ ਤੀਖਣ ਹੈ ਤੇਜ ਹੈ ਸਾਰਿਆਂ ਦੇ ਵਿੱਚੋਂ ਸਾਰਿਆਂ ਦੇ ਵਿੱਚ ਸਾਹਿਬ ਜੀ ਕਹਿੰਦੇ ਨੇ ਨਾਨਕ ਮੇਰ ਸ਼ਰੀਰ ਕਾ ਇਹ ਜਿੰਨੇ ਵੀ ਸ਼ਰੀਰ ਹਨ ਧਰਤੀ ਤੇ ਸਾਰਿਆਂ ਦੇ ਵਿੱਚੋਂ ਜਿਹੜਾ ਮੇਰ ਸ਼ਰੀਰ ਹੈ ਉਹ ਹੈ ਮਨੁੱਖ ਦਾ ਮਨੁੱਖ ਦਾ ਨਾਨਕ ਮੇਰ ਸ਼ਰੀਰ ਦਾ ਇੱਕ ਰਥ ਇੱਕ ਰਥਵਾਹ ਹੁਣ ਅੱਗੇ ਸਾਹਿਬ ਕੀ ਕਹਿੰਦੇ ਨੇ ਕਿ ਮਨੁੱਖ ਦੇ ਸ਼ਰੀਰ ਦੇ ਵਿੱਚ ਦੋ ਖਿਆਲਤ ਬਦਲਦੇ ਰਹੇ ਨੇ ਦੋ ਵਿਚਾਰ ਬਦਲਦੇ ਰਹੇ ਨੇ ਦੋ ਇੱਕ ਉਹਦਾ ਲਕਸ਼ੇ ਕੀ ਹੈ ਮਨੋਰਥ ਕੀ ਹੈ ਤੇ ਦੂਜਾ ਉਸ ਮਨੋਰਥ ਤੱਕ ਪਹੁੰਚਣ ਲਈ ਸਾਧਨ ਕੀ ਹੈ ਸਾਧਨ ਕੀ ਹੈ ਜਿਸ ਨੂੰ ਕਹਨੇ ਆ ਰਥ ਇਹ ਸਾਧਨ ਹੈ ਜੇਕਰ ਕਿਸੇ ਮੁਕਾਮ ਤੱਕ ਪਹੁੰਚਣਾ ਹੋਵੇ ਤੇ ਸਾਨੂੰ ਸਾਧਨ ਚਾਹੀਦਾ ਹੈ ਰਥ ਚਾਹੀਦਾ ਹੈ ਬਸ ਚਾਹੀਦੀ ਹੈ ਕਾਹਰ ਚਾਹੀਦੀ ਹੈ ਪਰ ਜੇਕਰ ਜਾਣਾ ਹੋਵੇ ਕਿਤੇ ਵਿਦੇਸ਼ ਤੇ ਉਹਦੇ ਲਈ ਫਿਰ ਰਥ ਨਹੀਂ ਚਾਹੀਦਾ ਫਿਰ ਹੋਰ ਕਿਸਮ ਦਾ ਸਾਧਨ ਚਾਹੀਦਾ ਹੈ ਜੇ ਆਕਾਸ਼ ਵਿੱਚ ਜਾਣਾ ਹੋਵੇ ਸਾਧਨ ਫਿਰ ਬਦਲਣਾ ਪਵੇਗਾ ਬਦਲਣਾ ਪਵੇਗਾ ਬਦਲਣਾ ਪਵੇਗਾ ਸਾਹਿਬ ਜੀ ਕਹਿੰਦੇ ਨੇ ਕਿ ਮਨੁੱਖ ਦੇ ਸ਼ਰੀਰ ਦੇ ਵਿੱਚ ਇੱਕ ਰਥ ਹੈ ਇੱਕ ਰਥਵਾਹੀ ਹੈ ਰਥ ਨੂੰ ਚਲਾਉਣ ਵਾਲਾ ਇੱਕ ਰਥ ਹੈ ਇੱਕ ਰਥ ਨੂੰ ਚਲਾਉਣ ਵਾਲਾ ਇਸ ਸ਼ਰੀਰ ਦੇ ਵਿੱਚ ਇਹ ਦੋ ਖਿਆਲਤ ਨੇ ਦੋ ਪਰ ਇਸ ਨੂੰ ਸਮਝਦਾ ਕੌਣ ਹੈ ਧਾਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਨਾਨਕ ਮੇਰੇ ਸਰੀਰ ਦਾ ਇੱਕ ਰਥ ਇੱਕ ਰਥਵਾਹ ਜੁਗ-ਜੁਗ ਫੇਰ ਵਟਾਈ ਐ ਗਿਆਨੀ ਬੋਝ ਹੈ ਤਾ ਹੈ ਗਿਆਨੀ ਇਸ ਗੱਲ ਨੂੰ ਗਿਆਨੀ ਸਮਝਦਾ ਹੈ ਕਿ ਸਰੀਰ ਦੇ ਵਿੱਚ ਰਥ ਤੇ ਰਥਵਾਹੀ ਕਿਵੇਂ ਬਦਲਦੇ ਨੇ ਕਿਵੇਂ ਬਦਲਦੇ ਨੇ ਇਹ ਗਿਆਨੀ ਸਮਝਦਾ ਹੈ ਗਿਆਨੀ ਮੈਂ ਇੱਕ ਅਰਜ ਕਰ ਦਵਾਂ ਪੁਰਾਤਨ ਸਮਾਂ ਦੇ ਵਿੱਚ ਜਦੋਂ ਰਾਜੇ ਮਹਾਰਾਜੇ ਆਪਣੇ ਰਥ ਲੈ ਕੇ ਚੱਲਦੇ ਸੀ ਤੇ ਉਹਨਾਂ ਦੇ ਨਾਲ ਕੋੜੇ ਬਹੁਤ ਸਾਰੇ ਆਉਂਦੇ ਸੀ ਬਹੁਤ ਸਾਰੇ ਜਿਹੜਾ ਵੀ ਕੋੜਾ ਥੱਕ ਜਾਵੇ ਤੇ ਕੋੜੇ ਬਦਲ ਦਿੰਦੇ ਸਨ ਇਹ ਹੁਣ ਥੱਕ ਗਿਆ ਹੁਣ ਦੂਜਾ ਕੋੜਾ ਚਾਹੀਦਾ ਹੈ ਹੁਣ ਤੀਜਾ ਚਾਹੀਦਾ ਹੈ ਹੁਣ ਚੌਥਾ ਚਾਹੀਦਾ ਹੈ ਕਿਉਂਕਿ ਇਹ ਥੱਕ ਗਿਆ ਇਹ ਥੱਕ ਗਿਆ ਤੇ ਅੱਜ ਦੇ ਜ਼ਮਾਨੇ ਵਿੱਚ ਤੁਸੀਂ ਦੇਖਦੇ ਹੋ ਜਦੋਂ ਅਸੀਂ ਸਫ਼ਰ ਕਰਦੇ ਹਾਂ ਰੇਲ ਗੱਡੀ ਦੇ ਵਿੱਚ ਤੇ ਕਈ ਦਫਾ ਇੰਜਨ ਵੀ ਬਦਲ ਦਿੰਦੇ ਨੇ ਹੁਣ ਗਰਮ ਹੋ ਗਿਆ ਹੈ ਹੁਣ ਇਹਨੂੰ ਬਦਲ ਦਵੋ ਗਰਮ ਹੋ ਗਿਆ ਹੈ ਤੇ ਉਸੇ ਤਰ੍ਹਾਂ ਸਰੀਰ ਦੇ ਵਿੱਚ ਰਥ ਤੇ ਰਥਵਾਹੀ ਇਹ ਵੀ ਬਦਲੇ ਗਏ ਇਹ ਵੀ ਬਦਲੇ ਗਏ ਸਮਾਂ ਦੇ ਅਨੁਕੂਲ ਬਦਲਦੇ ਗਏ ਬਦਲਦੇ ਗਏ ਸਾਹਿਬ ਜੀ ਕਹਿੰਦੇ ਨੇ ਸਤਜੁਗ ਰਥ ਸੰਤੋਖ ਕਾ ਧਰਮ ਅਗੇ ਰਥਵਾਹੋ ਇਹ ਪੂਰਾ ਸ਼ਬਦ ਸਮਝਣਾ ਤੇ ਆਪ ਜੀ ਨੇ ਮਹਿਸੂਸ ਕਰਨਾ ਹੈ ਆਪ ਜੀ ਕਿੱਥੇ ਬੈਠੇ ਹੋ ਕਿੱਥੇ ਬੈਠੇ ਹੋ ਇਹ ਆਪਣੇ ਆਪ ਨੂੰ ਪੁੱਛਣਾ ਤੇ ਆਪਣੇ ਆਪ ਨੂੰ ਜਵਾਬ ਦੇਣਾ ਆਪ ਜੀ ਕਿੱਥੇ ਬੈਠੇ ਹੋ ਕਿੱਥੇ ਸਾਹਿਬ ਜੀ ਕਹਿੰਦੇ ਨੇ ਸਤਜੁਗ ਰਥ ਸੰਤੋਖ ਕਾ ਧਰਮ ਅਗੇ ਰਥ ਵਹ ਜੇਕਰ ਮਨੁੱਖ ਦਾ ਲਖਸ਼ੇ ਮਨੋਰਥ ਜੇਕਰ ਧਰਮ ਦਾ ਹੋਵੇ ਕਿ ਧਰਮ ਤੱਕ ਪਹੁੰਚਣਾ ਹੈ ਧਰਮ ਦੇ ਨਾਲ ਮਿਲਨ ਕਰਨਾ ਹੈ ਧਰਮ ਦੇ ਵਿੱਚ ਰਹਿਣਾ ਹੈ ਤੇ ਐਸਾ ਮਨੁੱਖ ਸੰਤੋਖੀ ਹੁੰਦਾ ਹੈ ਸੰਤੋਖੀ ਉਹਦਾ ਰਤ ਸੰਤੋਖ ਦਾ ਹੁੰਦਾ ਹੈ ਸੰਤੋਖ ਦਾ ਜਿਸ ਦਾ ਸੰਕਲਪ ਹੋਵੇ ਮਨੋਰਥ ਹੋਵੇ ਕਿ ਮੈਂ ਧਾਰਮਿਕ ਬਣਨਾ ਹੈ ਐਸਾ ਮਨੁੱਖ ਸੰਤੋਖੀ ਹੁੰਦਾ ਹੈ ਸੰਤੋਖੀ ਜਿਤਨਾ ਕੁਝ ਮਿਲ ਗਿਆ ਉਸ ਨੇ ਸ਼ੁਕਰਾਨਾ ਕਰਨਾ ਹੈ ਧੰਨਵਾਦ ਕਰਨਾ ਹੈ ਜੀਵਨ ਵਿੱਚ ਜੋ ਪ੍ਰਸ਼ਾਦ ਮਿਲ ਗਿਆ ਉਹ ਕਬੂਲ ਕਰ ਲੈਂਦਾ ਹੈ ਖਿੜੇ ਮੱਥੇ ਪਰਵਾਨ ਕਰ ਲੈਂਦਾ ਹੈ ਸੰਤੋਖੀ ਹੈ ਸੰਤੋਖੀ ਕਿਉਂਕਿ ਉਸ ਦਾ ਮਨੋਰਥ ਹੈ ਧਾਰਮਿਕ ਬਨਣਾ ਧਾਰਮਿਕ ਬਨਣਾ ਕਿਉਂਕਿ ਜਿਹੜਾ ਸੰਤੋਖ ਹੈ ਸੰਤੋਖ ਮਨੁੱਖ ਨੂੰ ਰਜਾ ਦਿੰਦਾ ਹੈ ਰਜਾ ਦਿੰਦਾ ਹੈ ਔਰ ਜੇਕਰ ਸੰਤੋਖ ਨਹੀਂ ਜੀਵਨ ਵਿੱਚ ਤਾਂ ਸਾਹਿਬ ਜੀ ਕੀ ਕਹਿੰਦੇ ਨੇ ਬਿਨਾ ਸੰਤੋਖ ਨਹੀਂ ਕਉ ਰਾਜੇ ਸੁਪਨ ਮਨੋਰਥ ਬਿਰਥੈ ਸਭ ਕਾਜੇ ਮਨੁੱਖ ਦੇ ਕੋਲ ਸੰਤੋਖ ਨਹੀਂ ਹੈ ਧਾਰਮਿਕ ਨਹੀਂ ਬਣ ਸਕਦਾ ਸੰਤੋਖ ਨਹੀਂ ਹੈ ਹੋਰ ਮੰਗਦਾ ਹੈ ਹੋਰ ਚਾਹੀਦਾ ਹੈ ਹੋਰ ਚਾਹੀਦਾ ਹੈ ਤੇ ਉਸ ਨੂੰ ਕਹਿੰਦੇ ਨੇ ਲੋਭੀ ਤੇ ਜਿੱਥੇ ਲੋਭ ਹੈ ਉੱਥੇ ਧਰਮ ਦਾ ਜਨਮ ਕਿਵੇਂ ਹੋਵੇਗਾ ਜਿੱਥੇ ਲੋਭ ਹੈ ਜਿੱਥੇ ਲੋਭ ਹੈ ਲੋਭ ਹੈ ਜਿੱਥੇ ਉੱਥੇ ਪਾਪ ਹੁੰਦੇ ਨੇ ਜਿੱਥੇ ਲੋਭ ਹੈ ਉੱਥੇ ਵਿਕਾਰ ਹੁੰਦੇ ਨੇ ਕਿਉਂਕਿ ਲੋਭ ਮੰਗਦਾ ਹੈ ਮੰਗਦਾ ਹੈ ਲੋਭ ਕਹਿੰਦਾ ਮੈਨੂੰ ਹੋਰ ਚਾਹੀਦਾ ਹੈ ਹੋਰ ਚਾਹੀਦਾ ਹੈ ਔਰ ਜਿਹੜਾ ਸੰਤੋਖੀ ਹੈ ਉਹ ਵੰਡਦਾ ਹੈ ਵੰਡਦਾ ਹੈ ਸੰਤੋਖੀ ਵੰਡਦਾ ਹੈ ਲੋਭ ਮੰਗਦਾ ਹੈ ਸੰਤੋਖੀ ਤਨਵਾਦ ਕਰਦਾ ਹੈ ਤੇ ਲੋਭੀ ਗਿਲਾ ਸ਼ਿਕਵਾ ਕਰਦਾ ਹੈ ਮੈਨੂੰ ਕੀ ਦਿੱਤਾ ਹੈ ਕੀ ਦਿੱਤਾ ਹੈ ਕੀ ਦਿੱਤਾ ਸਾਹਿਬ ਜੀ ਕਹਿੰਦੇ ਨੇ ਸਤਿਯੁਗ ਦੇ ਵਿੱਚ ਮਨੁੱਖ ਧਾਰਮਿਕ ਸੀ ਧਾਰਮਿਕ ਸੀ ਸੰਤੋਖ ਸੀ ਉਹਦੇ ਕੋਲ ਸੰਤੋਖ ਸੀ ਫਿਰ ਹੁਣ ਸਮਾਂ ਬਦਲ ਗਿਆ ਬਦਲ ਗਿਆ ਜਿਵੇਂ ਜਿਵੇਂ ਸਮਾਂ ਬਦਲਿਆ ਤੇ ਮੇ ਮਨੁੱਖ ਦੀ ਸੋਚ ਬਦਲਦੀ ਗਈ ਬਦਲਦੀ ਗਈ ਕਿਉਂਕਿ ਜੇਕਰ ਇੱਕ ਐਸੀ ਜਮਾਤ ਖੜੀ ਹੋ ਜਾਵੇ ਸੱਚ ਬੋਲਣ ਵਾਲੀ ਤਾਂ ਫਿਰ ਸਾਰਿਆਂ ਤੇ ਪ੍ਰਭਾਵ ਪੈਂਦਾ ਹੈ ਸੱਚ ਬੋਲਣ ਦਾ ਕਿਉਂਕਿ ਜਮਾਤ ਸੱਚ ਦੀ ਹੈ ਸੱਚ ਦੀ ਸਾਰੇ ਹੀ ਸੱਚ ਬੋਲਦੇ ਪੈ ਨੇ ਇੱਕ ਜਮਾਤ ਖੜੀ ਹੋ ਗਈ ਸਾਰੇ ਸੱਚ ਬੋਲਦੇ ਨੇ ਫਿਰ ਧੀਰੇ ਧੀਰੇ ਸੱਚ ਦਾ ਇਤਨਾ ਪ੍ਰਚਾਰ ਹੁੰਦਾ ਹੈ ਕਿ ਸੱਚ ਦੂਰ ਤੱਕ ਪਹੁੰਚ ਜਾਂਦਾ ਹੈ ਦੂਰ ਤੱਕ ਅਰ ਜੇਕਰ ਦੂਜੇ ਪਾਸੇ ਜਮਾਤ ਖੜੀ ਹੋਵੇ ਝੂਠ ਦੀ ਤੇ ਫਿਰ ਉਹ ਝੂਠ ਦਾ ਪ੍ਰਚਾਰ ਕਰਦੇ ਨੇ ਝੂਠ ਦਾ ਪ੍ਰਚਾਰ ਕਰਦਿਆਂ ਕਰਦਿਆਂ ਫਿਰ ਸਾਰੇ ਦੇ ਵਿੱਚ ਝੂਠ ਫੈਲ ਜਾਂਦਾ ਹੈ ਫਿਰ ਲੋਕ ਕਹਿੰਦੇ ਨੇ ਹੁਣ ਝੂਠ ਦਾ ਯੁੱਗ ਆ ਗਿਆ ਹੈ ਝੂਠ ਦਾ ਯੁੱਗ ਆ ਗਿਆ ਹੈ ਝੂਠ ਦਾ ਤਾਂ ਇਸੇ ਤਰ੍ਹਾਂ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ ਪ੍ਰਵਾਹ ਬਦਲਦਾ ਗਿਆ ਵਿਚਾਰ ਬਦਲਦੇ ਗਏ ਤੇ ਮਨੁੱਖ ਦੀ ਸੋਚ ਬਦਲਦੀ ਗਈ ਬਦਲਦੀ ਗਈ ਸ਼ਿਆਣੇ ਕਹਿੰਦੇ ਨੇ ਕਿ ਜਦੋਂ ਮਨੁੱਖ ਮਾਤ ਗਰਭ ਦੇ ਵਿੱਚ ਸੀ ਇੱਕ ਉਹਦੋਂ ਸਤਿਯੁਗ ਵਿੱਚ ਸੀ ਜਦੋਂ ਮਾਤ ਗਰਭ ਵਿੱਚ ਸੀ ਔਰ ਇੱਕ ਉਹ ਮਨੁੱਖ ਸਤਿਯੁਗ ਵਿੱਚ ਹੈ ਜਿਹੜਾ ਮਨੁੱਖ ਪ੍ਰਭੂ ਦੇ ਨਾਲ ਜੁੜ ਕੇ ਬੈਠਾ ਹੈ ਇੱਕ ਉਹ ਸਤਿਯੁਗੀ ਹੈ ਹੁਣ ਆਪ ਜੀ ਨੇ ਕਹਿਣਾ ਹੈ ਕਿ ਮਾਤ ਗਰਭ ਦੇ ਵਿੱਚ ਸਤਿਯੁਗੀ ਕਿਵੇਂ ਕਹਿੰਦੇ ਨੇ ਮਾਤ ਗਰਭ ਦੇ ਵਿੱਚ ਕੋਈ ਲਾਲਸਾ ਨਹੀਂ ਹੈ ਕੋਈ ਤਮੰਨਾ ਨਹੀਂ ਹੈ ਕੋਈ ਪਿਆਸ ਨਹੀਂ ਹੈ ਕੋਈ ਭੁੱਖ ਨਹੀਂ ਹੈ ਕੁਝ ਦੇਖਣ ਦੀ ਤਲਬ ਨਹੀਂ ਹੈ ਕੁਝ ਬੋਲਣ ਦੀ ਤਲਬ ਨਹੀਂ ਹੈ ਤੇ ਉਹਦੀ ਲਿਓ ਨਿਰੰਕਾਰ ਦੇ ਨਾਲ ਜੁੜੀ ਹੋਈ ਹੈ ਨਿਰੰਕਾਰ ਦੇ ਨਾਲ ਨਿਰੰਕਾਰ ਦੇ ਨਾਲ ਹੁਣ 9 ਮਹੀਨੇ ਤੱਕ ਜਦੋਂ ਬੱਚਾ ਮਾਤ ਗਰਭ ਵਿੱਚ ਰਹਿੰਦਾ ਹੈ ਕਹਿੰਦੇ ਨੇ ਧਿਆਨ ਦੀ ਅਵਸਥਾ ਵਿੱਚ ਰਹਿੰਦਾ ਹੈ ਧਿਆਨ ਦੀ ਪ੍ਰਭੂ ਦੇ ਨਾਲ ਜੁੜ ਕੇ ਸਮਾਬਤਿਤ ਬਈ ਕਰਦਾ ਹੈ ਉਸ ਤੋਂ ਬਾਅਦ ਫਿਰ ਕੀ ਹੋਇਆ ਸਤਗੁਰੂ ਜੀ ਕਹਿੰਦੇ ਨੇ ਜਾਂ ਤੇ ਸੁਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜ ਗਈ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਅਮਰ ਵਰਤਾਇਆ ਹੁਣ ਬੱਚੇ ਦਾ ਜਨਮ ਹੋਇਆ ਲਿਵ ਛੁੜ ਗਈ ਬੱਚਾ ਰੋਂਦਾ ਹੈ ਰੋਂਦਾ ਹੈ ਹੁਣ ਦੇਖਣਾ ਵਿਗਿਆਨ ਕੀ ਕਹਿੰਦਾ ਹੈ ਬੱਚਾ ਕਿਉਂ ਰੋਂਦਾ ਹੈ ਵਿਗਿਆਨ ਕਹਿੰਦਾ ਹੈ ਬੱਚੇ ਦਾ ਰੋਣਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਬੱਚੇ ਦਾ ਰੋਣਾ ਇਸ ਕਰਕੇ ਜ਼ਰੂਰੀ ਹੈ ਕਿ ਸਾਹ ਦੀ ਜਿਹੜੀ ਪ੍ਰਕਿਰਿਆ ਹੈ ਉਹ ਠੀਕ ਚਲਦੀ ਰਹੇ ਠੀਕ ਚਲਦੀ ਰਹੇ ਅਰ ਜੇਕਰ ਬੱਚਾ ਨਹੀਂ ਰੋਂਦਾ ਤਾਂ ਡਾਕਟਰ ਉਸ ਬੱਚੇ ਨੂੰ ਰੁਲਾਉਂਦੇ ਨੇ ਕੋਸ਼ਿਸ਼ ਕਰਦੇ ਨੇ ਕਿ ਇਹਦੇ ਵਿੱਚ ਹਲਚਲ ਆਣੀ ਚਾਹੀਦੀ ਹੈ ਕ੍ਰਾਂਤੀ ਆਣੀ ਚਾਹੀਦੀ ਹੈ ਬੱਚੇ ਵਿੱਚ ਹੁਣ ਧਰਮ ਗਿਆਨੀ ਕੀ ਕਹਿੰਦਾ ਹੈ ਧਰਮ ਗਿਆਨੀ ਕਹਿੰਦਾ ਹੈ ਬੱਚੇ ਦਾ ਰੋਣਾ ਕੁਦਰਤੀ ਨਹੀਂ ਹੈ ਪ੍ਰਕਿਰਤਿਕ ਨਹੀਂ ਹੈ ਬੱਚੇ ਦਾ ਰੋਣਾ ਇਸ ਕਰਕੇ ਰੋਣਾ ਹੈ ਕਿ ਪ੍ਰਭੂ ਨਾਲੋਂ ਉਹਦੀ ਲਿਵ ਟੁੱਟ ਗਈ ਹੈ ਲਿਵ ਟੁੱਟ ਗਈ ਹੈ ਇਹ ਧਰਮ ਗਿਆਨੀ ਕਹਿੰਦੇ ਨੇ ਕਿ ਇਸ ਕਰਕੇ ਰੋ ਰਿਹਾ ਹੈ ਹੁਣ ਇਸ ਬੱਚੇ ਦੀ ਜਦੋਂ ਲਿਵ ਟੁੱਟੀ ਹੈ ਤੇ ਇਹਨੂੰ ਚਾਹਤ ਪੈਦਾ ਹੋਈ ਦੁੱਧ ਚਾਹੀਦਾ ਹੈ ਦੁੱਧ ਪੀਂਦਾ ਹੈ ਫਿਰ ਜਗਤ ਨੂੰ ਦੇਖਦਾ ਹੈ ਫਿਰ ਕੁਝ ਸੁਣਦਾ ਹੈ ਫਿਰ ਕੁਝ ਬੋਲਣ ਦੀ ਕੋਸ਼ਿਸ਼ ਕਰਦਾ ਹੈ ਤੇ ਧੀਰੇ ਧੀਰੇ ਉਹਦਾ ਜਿਹੜਾ ਧਿਆਨ ਹੁੰਦਾ ਹੈ ਉਹ ਵੰਡਿਆ ਜਾਂਦਾ ਹੈ ਕੁਝ ਖਾਣ ਵਿੱਚ ਕੁਝ ਦੇਖਣ ਵਿੱਚ ਕੁਝ ਸੁਣਨ ਵਿੱਚ ਕੁਝ ਬੋਲਣ ਵਿੱਚ ਧਿਆਨ ਟੁੱਟ ਗਿਆ ਟੁੱਟ ਗਿਆ ਔਰ ਫਿਰ ਸਾਰੀ ਜ਼ਿੰਦਗੀ ਮਨੁੱਖ ਉਸੇ ਦੀ ਤਲਾਸ਼ ਵਿੱਚ ਰਹਿੰਦਾ ਹੈ ਉਸੇ ਦੀ ਤਲਾਸ਼ ਵਿੱਚ ਸਾਰੀ ਜ਼ਿੰਦਗੀ ਪਰ ਉਹ ਧਿਆਨ ਦੀ ਅਵਸਥਾ ਫਿਰ ਕਿਵੇਂ ਮਿਲਦੀ ਹੈ ਕਿਵੇਂ ਸਾਹਿਬ ਜੀ ਕਹਿੰਦੇ ਨੇ ਜੇ ਧਿਆਨ ਦੀ ਅਵਸਥਾ ਚਾਹੀਦੀ ਹੈ ਤਾਂ ਆਪ ਜੀ ਨੂੰ ਇਹ ਸੋਚਣਾ ਪਵੇਗਾ ਸਮਝਣਾ ਪਵੇਗਾ ਕਿ ਧਿਆਨ ਬਿਕਰਿਆ ਕਿਵੇਂ ਅੱਖਾਂ ਦੇ ਰਾਹੀਂ ਕੰਨਾਂ ਦੇ ਰਾਹੀਂ ਅਰਸਨਾਂ ਦੇ ਰਾਹੀਂ ਔਰ ਇੰਦਰੀਆਂ ਦੇ ਰਾਹੀਂ ਧਿਆਨ ਬिखर ਗਿਆ ਬिखर ਗਿਆ ਇਸੇ ਕਰਕੇ ਸਿਆਣੇ ਕਹਿੰਦੇ ਨੇ ਕਿ ਜੇਕਰ ਧਿਆਨ ਦੀ ਅਵਸਥਾ ਵਿੱਚ ਪਹੁੰਚਣਾ ਹੈ ਤਾਂ ਫਿਰ ਉतना ਹੀ ਬੋਲ ਜਿੰਨੀ ਚਾਹਤ ਹੋਵੇ ਉतना ਹੀ ਦੇਖ ਜਿੰਨੀ ਚਾਹਤ ਹੋਵੇ ਉतना ਹੀ ਸੁਣ ਜਿੰਨੀ ਲੋੜ ਹੋਵੇ ਜਿੰਨੀ ਲੋੜ ਹੋਵੇ ਤੇ ਇਸੇ ਕਰਕੇ ਅਸੀਂ ਇਕਾਂਤ ਵਿੱਚ ਬੈਠਦੇ ਹਾਂ ਅੱਖਾਂ ਬੰਦ ਕਰਕੇ ਕੁਝ ਸੁਣਨਾ ਨਹੀਂ ਕੁਝ ਬੋਲਣਾ ਨਹੀਂ ਕੁਝ ਦੇਖਣਾ ਨਹੀਂ ਕਿਉਂਕਿ ਜਿਹੜਾ ਧਿਆਨ ਹੈ ਜਿਹੜਾ ਕਿ ਵਿਖਰਿਆ ਹੋਇਆ ਹੈ ਉਸ ਨੂੰ ਇੱਕ ਕਰਨਾ ਹੈ ਇੱਕ ਕਰਨਾ ਹੈ ਤਾਂ ਮੈਂ ਅਰਧ ਕਰ ਰਿਹਾ ਸੀ ਸਤਿਯੁਗ ਇੱਕ ਐਸਾ ਸਮਾਂ ਇੱਕ ਐਸਾ ਯੁੱਗ ਕਿ ਜਿਸ ਯੁੱਗ ਦੇ ਵਿੱਚ ਹਰ ਵੇਲੇ ਮਨੁੱਖ ਧਿਆਨ ਵਿੱਚ ਰਹਿੰਦਾ ਹੈ ਹਰ ਵੇਲੇ ਹਰ ਵੇਲੇ ਹੁਣ ਜਿਤਨੇ ਜਿਤਨੇ ਪਦਾਰਥ ਜਗਤ ਵਿੱਚ ਆਉਂਦੇ ਗਏ ਮਨੁੱਖ ਦਾ ਧਿਆਨ ਪਟਕਦਾ ਗਿਆ ਪਟਕਦਾ ਗਿਆ ਪਦਾਰਥ ਥੋੜੇ ਸੀ ਧਿਆਨ ਵੀ ਥੋੜਾ ਪਟਕਦਾ ਸੀ ਪਦਾਰਥ ਵੱਧਦੇ ਗਏ ਧਿਆਨ ਪਟਕਦਾ ਗਿਆ ਮੈਂ ਜੇਕਰ ਇਸ ਨੂੰ ਇਸ ਤਰ੍ਹਾਂ ਕਹਿ ਦਵਾਂ ਕਿ ਕੱਪੜਿਆਂ ਦੀ ਕਿਸਮ ਸਿਰਫ ਦੋ ਸੀ ਆ ਤੇ ਧਿਆਨ ਨਹੀਂ ਪਟਕਦਾ ਸੀ ਕਪੜੇ ਦੀ ਕਿਸਮ ਬਹੁਤ ਆ ਗਈ ਧਿਆਨ ਹੁਣ ਬਹੁਤ ਪਟਕਦਾ ਹੈ ਬਹੁਤ ਪਟਕਦਾ ਹੈ ਹੁਣ ਕਿਹੜਾ ਕਪੜਾ ਖਰੀਦਾਂ ਕਿਹੜੀ ਕਾਰਡ ਖਰੀਦਾਂ ਪਟਕਦਾ ਹੈ ਸਾਹਿਬ ਜੀ ਕਹਿੰਦੇ ਨੇ ਮਨੁੱਖ ਦੇ ਵਿਚਾਰ ਇਸੇ ਤਰ੍ਹਾਂ ਬਦਲਦੇ ਨੇ ਬਦਲਦੇ ਨੇ ਸਤਜੁਗ ਰਥ ਸੰਤੋਖ ਕਾ ਧਰਮ ਅਗੈ ਰਥਵਾਹਾ ਤ੍ਰੇਤੇ ਰਥ ਜਤੇ ਕਾ ਜੋਰ ਅਗੈ ਰਥਵਾ ਹੁਣ ਮਨੁੱਖ ਦੇ ਵਿਚਾਰ ਬਦਲੇ ਪਹਿਲਾਂ ਮਨੁੱਖ ਦਾ ਮਨੋਰਥ ਸੀ ਧਰਮ ਧਰਮ ਸੰਕਲਪ ਸੀ ਧਰਮ ਦਾ ਤੇ ਹੁਣ ਉਹਦਾ ਸੰਕਲਪ ਬਦਲ ਗਿਆ ਬਦਲ ਗਿਆ ਮਨੋਰਥ ਬਦਲ ਗਿਆ ਹੁਣ ਲਕਸ਼ੇ ਕੀ ਹੈ ਉਹਦਾ ਸਾਹਿਬ ਜੀ ਕਹਿੰਦੇ ਨੇ ਤ੍ਰੇਤੇ ਰਥ ਜਤੇ ਕਾ ਜੋਰ ਅਗੇ ਰਥਵਾ ਹੁਣ ਕਹਿੰਦਾ ਹੈ ਮੇਰੇ ਸਰੀਰ ਦੇ ਵਿੱਚ ਜੋਰ ਹੋਵੇ ਤਾਕਤ ਹੋਵੇ ਪਹਿਲਾਂ ਮਨੋਰਥ ਸੀ ਧਰਮ ਹੁਣ ਮਨੋਰਥ ਹੋ ਗਿਆ ਸਰੀਰ ਵਿੱਚ ਤਾਕਤ ਚਾਹੀਦੀ ਹੈ ਜੋਰ ਚਾਹੀਦਾ ਹੈ ਸਾਹਿਬ ਜੀ ਕਹਿੰਦੇ ਨੇ ਕਿ ਜੇਕਰ ਮਨੁੱਖ ਦਾ ਮਨੋਰਥ ਜੋਰ ਦਾ ਸੀ ਤੇ ਫਿਰ ਉਸ ਨੇ ਕੀ ਕੀਤਾ ਤਪ ਕੀਤਾ ਤਪ ਕੀਤਾ ਸਾਹਿਬ ਜੀ ਕਹਿੰਦੇ ਨੇ ਤ੍ਰੇਤੇ ਰਥ ਤਪੇ ਕਾ ਸਤ ਅਗੇ ਰਥ ਵਾਹੋ ਇਹ ਬਦਲਦੇ ਗਏ ਜਦੋਂ ਤ੍ਰੇਤਾ ਯੁਗ ਆਇਆ ਸਾਹਿਬ ਜੀ ਕਹਿੰਦੇ ਨੇ ਤ੍ਰੇਤੇ ਰਥ ਜਤੇ ਕਾ ਜੋਰ ਅਗੇ ਰਥ ਵਾਹੋ ਤ੍ਰੇਤੇ ਵਿੱਚ ਜਤ ਕੀਤਾ ਜੋਰ ਕਾਇਮ ਕਰਨ ਵਾਸਤੇ ਜੋਰ ਫਿਰ ਦੁਆਪਰ ਆਇਆ ਸਾਹਿਬ ਜੀ ਕਹਿੰਦੇ ਨੇ ਦੁਆਪੁਰ ਰਥ ਤਪੇ ਕਾ ਸਤ ਅਗੇ ਰਥ ਵਾ ਫਿਰ ਮਨੁੱਖ ਦਾ ਮਨੋਰਥ ਕੀ ਸੀ ਸਤ ਉੱਚਾ ਆਚਰਨ ਉੱਚਾ ਤੇ ਉਹਦੇ ਲਈ ਫਿਰ ਕੀ ਕਰਨਾ ਹੈ ਸਾਬ ਜੀ ਕਹਿੰਦੇ ਨੇ ਆਚਰਨ ਉੱਚਾ ਹੋਵੇ ਉਹਦੇ ਲਈ ਮਨੁੱਖ ਨੇ ਆਪਣੀਆਂ ਇੰਦਰੀਆਂ ਤੇ ਫਿਰ ਕੰਟਰੋਲ ਕੀਤਾ ਕੰਟਰੋਲ ਕੀਤਾ ਸਾਧਨਾ ਕੀਤੀ ਤਪ ਕੀਤਾ ਤਾਂ ਕਰਕੇ ਮਨੁੱਖ ਦਾ ਆਚਰਨ ਕੁਝ ਉੱਚਾ ਹੋਵੇ ਉੱਚਾ ਹੋਵੇ ਇਹ ਦਵਾਪੁਰ ਹੈ ਦਵਾਪੁਰ ਰਥ ਸਾਬ ਜੀ ਕਹਿੰਦੇ ਨੇ ਤਪੇ ਕਾ ਸਤ ਅਗੇ ਰਥਵਾਹ ਕਿਉਂਕਿ ਉਸਨੇ ਆਚਰਨ ਉੱਚਾ ਉਠਾਣਾ ਹੈ ਤੇ ਉਹ ਹੁਣ ਤਪ ਪਈ ਕਰਦਾ ਹੈ ਸਾਧਨਾ ਪਈ ਕਰਦਾ ਹੈ ਹੁਣ ਸਮਾਂ ਫਿਰ ਬਦਲ ਗਿਆ ਸਾਬ ਜੀ ਕਹਿੰਦੇ ਨੇ ਕਲਯੁਗ ਰਥ ਅਗਨ ਕਾ ਕੂੜ ਅਗੈ ਰਥਵਾਹ ਹੁਣ ਮਨੁੱਖ ਦਾ ਮਨੋਰਥ ਕੀ ਹੈ ਹਰ ਵੇਲੇ ਝੂਠ ਬੋਲਣਾ ਉਸਤਾ ਕੀ ਮਾਫ ਹਰ ਵੇਲੇ ਝੂਠ ਬੋਲਣਾ ਹਰ ਵੇਲੇ ਝੂਠ ਇਹਦਾ ਕਾਰਨ ਕੀ ਹੈ ਕਿਉਂਕਿ ਮਨੁੱਖ ਦੇ ਜੀਵਨ ਵਿੱਚ ਤ੍ਰਿਸ਼ਨਾ ਨੇ ਜਨਮ ਲੈ ਲਿਆ ਤ੍ਰਿਸ਼ਨਾ ਨੇ ਤ੍ਰishna ਕਲਯੁਗ ਰਥ ਅਗਨ ਕਾ ਅਗਨ ਕਹਿੰਦੇ ਨੇ ਕ੍ਰੋਧ ਨੂੰ ਅਗਨ ਕਹਿੰਦੇ ਨੇ ਤ੍ਰishna ਨੂੰ ਕਿ ਮਨੁੱਖ ਦੇ ਜੀਵਨ ਵਿੱਚ ਤ੍ਰishna ਇਤਨੀ ਪ੍ਰਭਲ ਹੈ ਕਿ ਮਨੁੱਖ ਹਰ ਕਦਮ ਤੇ ਝੂਠ ਬੋਲਦਾ ਹੈ ਹਰ ਕਦਮ ਤੇ ਹਰ ਕਦਮ ਤੇ